ਮਨਪ੍ਰੀਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਹੋਏ ਨੇ ਸ਼ੁੱਕਰਵਾਰ ਪੰਜਾਬ ਦੇ ਵਿੱਚ ਉਹਨਾਂ ਦਾ ਦੂਸਰਾ ਦਿਨ ਸੀ ਜਲੰਧਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਰੈਲੀਆਂ ਕੀਤੀਆਂ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਕਾਂਗਰਸ ਜਾਂ ਫੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਵੋਟ ਪਾਉਣ ਬਰਾਬਰ ਹੈ ਬਿਲਕੁਲ ਦੇਖੋ ਪ੍ਰਧਾਨ ਮੰਤਰੀ ਜਾਂ ਕੋਈ ਵੀ ਪੋਲਿਟਿਕਲ ਲੀਡਰ ਹੋਏਗਾ ਉਹ ਦੂਸਰੀਆਂ ਪਾਰਟੀਆਂ ਨੂੰ ਉਹਨਾਂ ਦੀ ਆਲੋਚਨਾ ਕਰੇਗਾ ਔਰ ਉਹਨਾਂ ਨੂੰ ਇੱਕ ਤਰ੍ਹਾਂ ਦਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਇਹੀ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਆ ਕਾਂਗਰਸ ਨੂੰ ਤਾਂ ਉਹਨਾਂ ਨੇ ਘੇਰਿਆ ਕਿ ਦੇਖੋ ਜੀ ਇਹ 1984 ਦੇ ਕਤਲੇਆਮ ਲਈ ਜ਼ਿੰਮੇਵਾਰ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਕੋਈ ਇਨਸਾਫ ਨਹੀਂ ਦਵਾਇਆ ਪਰ ਅਸੀਂ ਇਨਸਾਫ ਦਵਾਇਆ ਹਜੇ ਤੱਕ ਵੈਸੇ ਇਹਨਾਂ ਦੇ ਕਿਸੇ ਬੁਲਾਰੇ ਨੂੰ ਦੱਸਣਾ ਚਾਹੀਦਾ ਕਿ 10 ਸਾਲਾਂ ਦੇ ਵਿੱਚ ਤੁਸੀਂ ਕਿੰਨਾ ਇਨਸਾਫ ਦਵਾਇਆ ਕਿਹੜੇ ਵਿਅਕਤੀਆਂ ਨੂੰ ਤੁਸੀਂ ਸਜ਼ਾਵਾ ਕਰਵਾਈਆਂ ਨੇ ਜਾਂ ਕੇਵਲ ਤੇ ਕੇਵਲ ਤੁਹਾਡੀ ਇੱਕ ਪੋਲੀਟੀਕਲ ਸਟੇਟਮੈਂਟ ਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਦੀ ਆਲੋਚਨਾ ਕੀਤੀ ਕਹਿੰਦੇ ਇਹ ਤਾਂ ਝਾੜੂ ਪਾਰਟੀ ਆ ਔਰ ਇਹਦੀ ਸਾਰੀ ਦੀ ਸਾਰੀ ਜੋ ਇਨਸਟਰਕਸ਼ਨਸ ਆਉਂਦੀਆਂ ਨੇ ਚੱਲਦੇ ਨੇ ਇਸ ਦੀ ਜਿਹੜੇ ਆਰਡਰ ਹੁੰਦੇ ਨੇ ਉਹ ਦਿੱਲੀ ਤੋਂ ਹੁੰਦੇ ਨੇ ਦਿੱਲੀ ਤੋਂ ਹੀ ਪਾਰਟੀ ਚਲਾਈ ਜਾ ਰਹੀ ਆ ਤੇ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਵੀ ਪੁੱਛਣਾ ਚਾਹੀਦਾ ਕਿ ਕੀ ਤੁਹਾਡੀ ਪਾਰਟੀ ਦਿੱਲੀ ਤੋਂ ਨਹੀਂ ਚੱਲਦੀ ਤੁਹਾਡਾ ਕਿਹੜਾ ਮੁੱਖ ਮੰਤਰੀ ਆ ਜਿਹੜਾ ਆਪਣੇ ਆਪ ਫੈਸਲਾ ਲੈਂਦਾ ਤੁਸੀਂ ਜਦੋਂ ਚਾਹੋ ਨੇ ਜਿਹੜੇ ਮੁੱਖ ਮੰਤਰੀ ਨੂੰ ਬਦਲ ਦਿੰਨੇ ਹੋ ਉਹ ਤਾਂ ਚੂ ਵੀ ਨਹੀਂ ਕਰਦੇ ਸੋ ਕਈ ਵਾਰੀ ਪਾਰਟੀਆਂ ਦੇ ਜਿਹੜੇ ਇਹ ਲੀਡਰਸ ਨੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਦੂਸਰੀ ਪਾਰਟੀਆਂ ਤੇ ਇਲਜ਼ਾਮ ਲਾਉਣ ਲਈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਹਨਾਂ ਦੋਨਾਂ ਪਾਰਟੀਆਂ ਨੂੰ ਵੋਟ ਪਾਉਂਗੇ ਤੇ ਇੱਕ ਤਰ੍ਹਾਂ ਦੇ ਪੰਜਾਬ ਦੇ ਖਿਲਾਫ ਜਾਣਗੇ ਇਹ ਪਾਰਟੀਆਂ ਇਹਨਾਂ ਨੂੰ ਵੋਟ ਨਾ ਪਾਓ ਸਾਨੂੰ ਵੋਟ ਪਾਓ ਦੇਖੋ ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਰੈਲੀ ਕੀਤੀ ਬੀਤੇ ਕੱਲ ਉਹ ਗੁਰਦਾਸਪੁਰ ਦੀਲਾ ਨਗਰ ਦੇ ਵਿੱਚ ਸੀ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਸੀ ਲਗਾਤਾਰ ਜਿਹੜਾ ਉਹਨਾਂ ਦਾ ਹਮਲਾ ਸੀ ਉਹ ਇਸੇ ਤਰ੍ਹਾਂ ਕਾਂਗਰਸ ਤੇ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਰਿਹਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸ਼੍ਰੋਮਣੀ ਅਕਾਲੀ ਦਲ ਹਰ ਰੋਜ਼ ਭਾਰਤੀ ਜਨਤਾ ਪਾਰਟੀ ਤੇ ਅੱਜਕੱਲ੍ਹ ਹਮਲੇ ਕਰ ਰਿਹਾ ਪਰ ਉਸ ਪਾਸੇ ਇਹ ਬਿਲਕੁਲ ਨਹੀਂ ਗਏ ਕਈ ਲੋਕਾਂ ਨੂੰ ਸ਼ੱਕ ਸ਼ੂਭ ਵੀ ਪੈਦਾ ਹੁੰਦੇ ਨੇ ਔਰ ਇਹਨਾਂ ਦੀ ਜਿੰਨੀਆਂ ਰੈਲੀਆਂ ਕੀਤੀਆਂ ਨੇ ਤਿੰਨ ਰੈਲੀਆਂ ਕੀਤੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਔਰ ਇਹਨਾਂ ਰੈਲੀਆਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਵੀ ਨਜ਼ਰ ਨਹੀਂ ਆਇਆ ਹਾਲਾਂਕਿ ਉਹ ਕਹਿੰਦੇ ਕਿ ਮੈਂ ਠੀਕ ਨਹੀਂ ਆ ਜਾਤਾ ਆਦਮੀ ਸੇਤ ਉਹਦੀ ਇੰਨੀ ਕੀ ਖਰਾਬ ਹੋ ਕੇ ਹਸਪੀਟਲ ਦੇ ਵਿੱਚ ਉਹ ਐਡਮਿਟ ਹੋਵੇ ਫਿਰ ਤਾਂ ਗੱਲ ਸਮਝ ਆਉਂਦੀ ਆ ਪਰ ਜੇ ਉਹ ਘਰ ਦੇ ਵਿੱਚ ਬੈਠ ਕੇ ਨਹੀਂ ਆਉਂਦੇ ਤੇ ਫਿਰ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਕੀ ਕੈਪਟਨ ਅਮਰਿੰਦਰ ਕਿਤੇ ਘਰ ਵਾਪਸੀ ਤਾਂ ਨਹੀਂ ਕਰ ਰਹੇ ਹੂੰ ਜੀਵਾ ਸੁਝ ਤੇ ਮਨਪ੍ਰੀਤ ਜੀ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਭਾਜਪਾ ਦੇ ਕੈਂਡੀਡੇਟਸ ਦਾ ਤੇ ਹੁਣ ਪ੍ਰਧਾਨ ਮੰਤਰੀ ਜਦੋਂ ਰੈਲੀ ਕਰਨ ਆਏ ਨੇ ਤੇ ਉਹ ਵਿਰੋਧ ਪ੍ਰਦਰਸ਼ਨ ਜਾਰੀ ਹੈ ਤੇ ਬਹੁਤ ਸਾਰੇ ਕਿਸਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਪਿਆ ਇਹ ਬਿਲਕੁਲ ਅਰਲੀ ਮਾਰਨਿੰਗ ਜਾ ਕੇ ਇਹਨਾਂ ਤੇ ਛਾਪੇ ਪਏ ਜਿਹੜੀਆਂ ਸੰਭਾਵਨਾਵਾਂ ਸੀ ਕਿ ਇਹਨਾਂ ਚੋਂ ਕੁਝ ਲੀਡਰਸ ਜਿਹੜੇ ਲੀਡ ਕਰਨਗੇ ਇਹਨਾਂ ਕਰਾਊਡਸ ਨੂੰ ਜਾਂ ਕਿਸਾਨਾਂ ਨੂੰ ਲੈ ਕੇ ਜਾਣਗੇ ਉਹਨਾਂ ਦੀ ਧੜ ਪਕੜ ਹੋਈ ਆ ਉਹਨਾਂ ਨੂੰ ਫੜਿਆ ਗਿਆ ਡਿਟੇਨ ਕੀਤਾ ਗਿਆ ਕਈਆਂ ਨੂੰ ਘਰ ਦੇ ਵਿੱਚ ਡਿਟੇਨ ਕਰ ਲਿਆ ਗਿਆ ਤੇ ਕਈਆਂ ਨੂੰ ਬਾਹਰ ਥਾਲੇ ਦੇ ਵਿੱਚ ਥੋੜੀ ਦੇਰ ਲਈ ਰੱਖਿਆ ਗਿਆ ਤਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਮੁਕੰਮਲ ਹੋ ਜਾਵੇ ਬੜੀ ਹੈਰਾਨੀ ਹੁੰਦੀ ਆ ਕਿ ਅੱਜ ਕੱਲ੍ਹ ਇਸ ਲੋਕਤੰਤਰ ਦੇ ਵਿੱਚ ਜਿਹੜਾ ਕਿ ਭਾਰਤ ਦੇ ਜਾਂ ਭਾਰਤ ਦੇ ਲੋਕਾਂ ਨੇ ਬੜਾ ਲੜਕੇ ਬ੍ਰਿਟਿਸ਼ ਸਮਰਾਜ ਤੋਂ ਨਿੱਤਾ ਅੰਗਰੇਜ਼ਾਂ ਤੋਂ ਜਿਨ੍ਹਾਂ ਨੂੰ ਇਹ ਕਹਿੰਦੇ ਕਿ ਇਹਨਾਂ ਨੂੰ ਕੱਢਿਆ ਔਰ ਅੰਗਰੇਜ਼ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਅੱਜ ਵੀ ਕਈ ਮੁਲਕਾਂ ਦੇ ਵਿੱਚ ਉਹ ਇਸੇ ਤਰ੍ਹਾਂ ਹੀ ਕਰਦੇ ਆ ਲੇਕਿਨ ਇੱਥੇ ਆ ਕੇ ਜਦੋਂ ਇਹ ਕਹਿੰਦੇ ਨੇ ਕਿ ਅਸੀਂ ਇੱਥੇ ਡੈਮੋਕ੍ਰੇਸੀ ਬਹਾਲ ਕਰਨੀ ਹੈ ਤੇ ਤੁਸੀਂ ਇੱਥੇ ਵਿਰੋਧ ਪ੍ਰਦਰਸ਼ਨ ਤੋਂ ਡਰਦੇ ਹੋ ਤੁਸੀਂ ਸੰਵਿਧਾਨ ਦੇ ਖਿਲਾਫ ਜਾਂਦੇ ਹੋ ਔਰ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਕਿਸੇ ਦਾ ਵੀ ਹੱਕ ਹੈ ਪਰ ਇਸ ਦੇ ਬਾਵਜੂਦ ਵੀ ਕਈ ਕਿਸਾਨ ਜਥੇਬੰਦੀਆਂ ਨੇ ਬਾਰ ਹਾਲਾ ਕਿ ਉਹਨਾਂ ਨੂੰ ਨੇੜੇ ਤਾਂ ਨਹੀਂ ਜਾਣ ਦਿੱਤਾ ਪਰ ਜਿੱਥੇ-ਜਿੱਥੇ ਵੀ ਗਏ ਜਿਸ ਤਰ੍ਹਾਂ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 에어ਪੋਰਟ ਤੇ ਉਤਰਦੇ ਨੇ ਉਥੋਂ ਬਾਈ ਰੋਡ ਹੀ ਜਾਣਾ ਹੁੰਦਾ ਉਸ ਦੇ ਰਾਸਤੇ ਵਿੱਚ ਜਿੱਥੇ-ਜਿੱਥੇ ਵੀ ਕਿਸਾਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਨਾਰੇ ਵੀ ਲਾਏ ਔਰ ਬੀਜੇਪੀ ਦੇ ਕੈਂਡੀਡੇਟ ਸੀ ਖੁੱਲ ਕੇ ਮੁਖਾਲਫਤ ਕੀਤੀ ਜੀਵਾ ਸੂਜੀ ਤੇ ਮਨਪ੍ਰੀਤ ਜੀ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਵੀ ਨਵਾਂ ਸ਼ਹਿਰ ਦੇ ਵਿੱਚ ਰੈਲੀ ਕੀਤੀ ਹੈ ਦੇਖੋ ਮਾਇਆਵਤੀ ਨੇ ਰੈਲੀ ਤਾਂ ਕੀਤੀ ਹੈ ਪਰ ਮਾਇਆਵਤੀ ਦੀ ਮੈਨੂੰ ਲੱਗਦਾ ਸਿਆਸਤ ਅੱਜ ਕੱਲ ਲਗਭਗ ਹਾਸ਼ੀਏ ਤੇ ਪਹੁੰਚ ਗਈ ਹੈ ਹਰ ਇੱਕ ਵਿਅਕਤੀ ਨੂੰ ਪਤਾ ਲੱਗ ਚੁੱਕਾ ਕਿ ਕਿਤੇ ਨਾ ਕਿਤੇ ਜਾਂ ਤਾਂ ਮਾਇਆਵਤੀ ਅੰਦਰੋਂ ਡਰੀ ਹੋਈ ਹੈ ਜਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲੀ ਹੋਈ ਹੈ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਪਿਛਲੇ 10 ਸਾਲਾਂ ਤੋਂ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਇਹਨਾਂ ਨੇ ਬਿਲਕੁਲ ਇਹ ਬੋਲੀ ਨਹੀਂ ਔਰ ਹੁਣ ਵੀ ਤੁਸੀਂ ਦੇਖੋ ਇਹਨਾਂ ਦਾ ਜਿਹੜਾ ਵੋਟਰ ਹੈ ਜਿਨ੍ਹਾਂ ਦੀ ਇਹ ਰਾਜਨੀਤੀ ਕਰਦੇ ਆ ਦਲਿਤ ਭਾਈਚਾਰੇ ਦੀ ਉਹਨਾਂ ਤੋਂ ਜ਼ਿਆਦਾਤਰ ਆਪਣਾ ਵੋਟ ਸ਼ਿਫਟ ਕਰ ਰਹੇ ਪੰਜਾਬ ਚਾਉਂਦੇ ਨੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਕਿ 32 33% ਦੇ ਕਰੀਬ ਇੱਥੇ ਦਲਿਤ ਭਾਈਚਾਰਾ ਔਰ ਉਹਨਾਂ ਦੀਆਂ ਅੱਜ ਵੀ ਬਹੁਤ ਸਾਰੀਆਂ ਵਾਅਦੇ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਪਰ ਕੀ ਇਹ ਉਹਨਾਂ ਦੇ ਨੇਤਾ ਬਣ ਸਕੇ ਤੇ ਜੇ ਵਾਕਿਆ ਇਹਨਾਂ ਦੇ ਨੇਤਾ ਬਣ ਸਕਦੇ ਤੇ ਪੰਜਾਬ ਦੇ ਵਿੱਚ ਇਹ ਸੱਤਾ ਪ੍ਰਾਪਤ ਕਰਤੇ ਪਰ ਕਿਉਂਕਿ ਇਹਨਾਂ ਨੇ ਸਮਝੌਤੇ ਕੀਤੇ ਨੇ ਸਮੇਂ ਤੋਂ ਸਮੇਂ ਇਸ ਕਰਕੇ ਇਹ ਗੱਲਾਂ ਲੋਕਾਂ ਦੇ ਵਿੱਚ ਗਈਆਂ ਨੇ ਇਸੇ ਕਰਕੇ ਇਹਨਾਂ ਪਾਰਟੀਆਂ ਦਾ ਉਭਾਰ ਨਹੀਂ ਹੋ ਸਕਿਆ ਇਹ ਪਾਰਟੀਆਂ ਆਪਣੇ ਆਪ ਨੂੰ ਸਥਾਪਿਤ ਨਹੀਂ ਕਰ ਸਕੀਆਂ ਪੰਜਾਬ ਦੇ ਵਿੱਚ ਵੀ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹਨਾਂ ਦੀ ਉਸ ਤਰ੍ਹਾਂ ਦੀ ਸਥਾਪਨਾ ਨਹੀਂ ਰਹੀ ਹਾਲਾਂਕਿ ਕੱਲ ਨਵਾਂ ਸ਼ਹਿਰ ਦੇ ਵਿੱਚ ਜਦੋਂ ਇਹਨਾਂ ਨੇ ਰੈਲੀ ਕੀਤੀ ਉੱਥੇ ਇਹਨਾਂ ਨੂੰ ਸੋਨੇ ਦਾ ਇੱਕ ਮੁਕਟ ਦਿੱਤਾ ਗਿਆ ਪਰ ਜਿਹੜਾ ਸੱਤਾ ਦਾ ਮੁਕਟ ਆ ਮੈਨੂੰ ਲੱਗਦਾ ਉਹ ਲੋਕਾਂ ਨੇ ਦੇਣਾ ਹੁੰਦਾ ਉਸ ਤੋਂ ਇਹ ਜ਼ਰੂਰ ਵਾਂਝੇ ਰਹਿ ਗਏ ਨੇ ਸੋ ਠੀਕ ਆ ਆ ਕੇ ਇਹ ਗੱਲ ਤਾਂ ਕਰਦਿਆ ਕਿ ਭਾਰਤੀ ਜਨਤਾ ਪਾਰਟੀ ਵੀ ਉਸੇ ਤਰ੍ਹਾਂ ਦੀ ਕਰਪਟ ਆ ਉਸੇ ਤਰ੍ਹਾਂ ਲੋਕਾਂ ਨੂੰ ਲੁੱਟ ਰਹੀ ਹੈ ਜਿਸ ਤਰ੍ਹਾਂ ਕਾਂਗਰਸ ਨੇ ਲੁੱਟਿਆ ਪਰ ਇਹਦਾ ਕੋਈ ਆਲਟਰਨੇਟਿਵ ਨਹੀਂ ਦੱਸਦੇ ਕਿ ਹਾਂ ਇਸ ਆਲਟਰਨੇਟਿਵ ਕੀ ਹੈ ਤੇ ਅਸੀਂ ਸਾਨੂੰ ਕਿਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ। ਬੀਐਸਪੀ ਦਾ ਇਸ ਵਾਰੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਅਲਾਈਅੰਸ ਨਹੀਂ ਹੋਇਆ। ਇਹ ਗੱਲ ਵੀ ਸਾਨੂੰ ਪਤਾ। ਸੋ ਇੱਕ ਤਰ੍ਹਾਂ ਦੀ ਲੜਾਈ ਲੜ ਰਹੇ ਨੇ ਪਰ ਕੋਈ ਡਿਸਾਈਸਿਵ ਜਿਹੜਾ ਲੜਾਈ ਆ ਜਾਂ ਕਿਸੇ ਖਾਸ ਪਾਸੇ ਨੂੰ ਜਾਂਦੀ ਹੋਈ ਉਹ ਇਹਨਾਂ ਦੀ ਦਿਖਾਈ ਨਹੀਂ ਦੇ ਰਹੀ। ਲਗਭਗ ਜਿਸ ਤਰ੍ਹਾਂ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਕਹਤਾ ਸੀ ਕਿ ਇਹਨਾਂ ਦੀ ਰਾਜਨੀਤੀ ਲਗਭਗ ਹਾਸ਼ੀਏ ਤੇ ਪਹੁੰਚ ਗਈ ਹੈ। ਵਾਸੂ ਜੀ ਮਨਪ੍ਰੀਤ ਜੀ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਲਗਾਈ ਗਈ ਸੀ ਕਿ ਸਰਕਾਰ ਨੂੰ ਇਹ ਮਜਬੂਰ ਕੀਤਾ ਜਾਵੇ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜਾ ਬੂਥ ਦੇ ਵਿੱਚ ਡਾਟਾ ਹੈ ਜਿਹੜਾ ਪੋਲਿੰਗ ਡਾਟਾ ਕਿ ਕਿਹੜੇ ਬੂਥ ਵਿੱਚ ਕਿੰਨੀਆਂ ਵੋਟਾਂ ਪਈਆਂ ਉਹਨੂੰ 48 ਘੰਟਿਆਂ ਦੇ ਅੰਦਰ ਅੰਦਰ ਲਾਜ਼ਮੀ ਤੌਰ ਤੇ ਵੈੱਬਸਾਈਟ ਦੇ ਉੱਤੇ ਪੋਸਟ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰਤਾ ਜੀ ਫਿਲਹਾਲ ਦੀ ਘੜੀ ਸੁਪਰੀਮ ਕੋਰਟ ਨੇ ਇਹੀ ਗੱਲ ਕਹੀ ਹੈ ਵਾਸੂ ਜੀ ਕਿ ਅਸੀਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਾਂਗੇ ਔਰ ਹਾਲਾਂਕਿ ਇਹ ਚੋਣਾ ਜਦੋਂ ਖਤਮ ਹੋ ਜਾਣੀ ਹੈ ਉਸ ਤੋਂ ਬਾਅਦ ਵੀ ਅਸੀਂ ਇਹਦੀ ਸੁਣਵਾਈ ਕਰਦੇ ਰਵਾਂਗੇ ਉਸ ਤੋਂ ਬਾਅਦ ਸੁਣਵਾਈ ਕਰਨ ਦਾ ਕੀ ਫਾਇਦਾ ਹੋਏਗਾ ਕੀ ਇਹਦੇ ਨਤੀਜੇ ਨਿਕਲਗੇ ਇਸ ਗੱਲ ਦਾ ਆਪਾਂ ਨੂੰ ਭਲੀ ਭਾਤੀ ਅੰਦਾਜ਼ਾ ਲੱਗ ਹੀ ਸਕਦਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ ਆ ਕੇ ਐਨਜੀਓ ਆ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਇਸ ਐਨਜੀਓ ਨੇ ਇਹ ਅਰਜ਼ੀ ਫਾਈਲ ਕੀਤੀ ਸੀ ਔਰ ਇਸੇ ਨੇ ਕਿਹਾ ਸੀ ਕਿ ਪਬਲਿਕ ਇੰਟਰਸਟ ਦੇ ਵਿੱਚ ਕਿਉਂਕਿ ਜਨਤਾ ਚਾਹੂਗੀ ਕਿ ਸਾਰਾ ਕੁਝ ਪਾਰਦਰਸ਼ੀ ਢੰਗ ਦੇ ਨਾਲ ਹੋਵੇ ਔਰ ਆਮੂਮਨ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਵਾਸੂ ਜੀ ਉਹ 48 ਘੰਟਿਆਂ ਦੇ ਅੰਦਰ ਅੰਦਰ ਸਾਰੇ ਦਾ ਸਾਰਾ ਡਾਟਾ ਕੰਪਾਈਲ ਕਰਕੇ ਲੋਕਾਂ ਨੂੰ ਦੱਸ ਦਿੰਦਾ ਕਿ ਕਿੰਨੀ VOTING ਹੋਈ ਆ ਕਿੰਨੇ ਪ੍ਰਤੀਸ਼ਤ ਹੋਈ ਆ ਔਰ ਉਸ ਤੋਂ ਬਾਅਦ ਉਹ ਫਾਈਨਲ ਮੰਨਿਆ ਜਾਂਦਾ ਪਰ ਇਸ ਵਾਰੀ ਕੀ ਹੋ ਰਿਹਾ ਕਿ ਹਰ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਅਚਾਨਕ ਡਾਟਾਸ ਰਿਵਾਈਜ਼ ਹੁੰਦੇ ਆ 5 5 7 7 ਫੀਸ ਜਿਹੜੀ ਵੋਟ ਵਧ ਜਾਂਦੀ ਹੈ ਜਿਹੜੇ ਸ਼ੱਕਸ਼ਪੇ ਪੈਦਾ ਕਰਦੀ ਆ ਇਲੈਕਸ਼ਨ ਕਮਿਸ਼ਨ ਦੀ ਫੰਕਸ਼ਨਿੰਗ ਨੂੰ ਲੈ ਕੇ ਇਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਕਿਤੇ ਇਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਮਦਦ ਤਾਂ ਨਹੀਂ ਕਰ ਰਹੇ ਉਹਨਾਂ ਦੇ ਹੱਥਾਂ 'ਚ ਤਾਂ ਨਹੀਂ ਖੇਡ ਕਰ ਰਹੇ ਇਸੇ ਲਈ ਇਹਨਾਂ ਦੇ ਖਿਲਾਫ ਇਹ ਅਰਜ਼ੀ ਦਾਖਲ ਕੀਤੀ ਗਈ ਸੀ ਪਰ ਫਿਲਹਾਲ ਸੁਪਰੀਮ ਕੋਰਟ ਨੇ ਇਹਦੇ ਵਿੱਚ ਇੰਟਰਵੀਨ ਕਰਨ ਤੇ ਜਾਂ ਇਸ ਉੱਤੇ ਫੈਸਲਾ ਦੇਣ ਉੱਤੇ ਗੁਰੇਜ਼ ਕੀਤਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਏਸੀ ਅਸੀਂ ਸੁਣਵਾਈ ਹੈ ਜਿਹੜੀ ਉਹ ਜਾਰੀ ਰੱਖਾਂਗੇ ਜੀਵਾ ਸੁਜੀ ਤੇ ਮਨਪੀਰ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲੱਤ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਪਰ ਕੁਝ ਜਰਨਲਿਸਟ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਤੁਸੀਂ ਦੇਖੋ ਅੱਜ ਕੱਲ੍ਹ ਭਾਰਤ ਸਰਕਾਰ ਦੇ ਵਿੱਚ ਚਾਹੇ ਕੇਂਦਰ ਦੀ ਸਰਕਾਰ ਹੋਵੇ ਸੂਬਾ ਸਰਕਾਰਾਂ ਬਹੁਤ ਸਾਰੀਆਂ ਸੂਬਾ ਸਰਕਾਰਾਂ ਵੀ ਇਸੇ ਤਰ੍ਹਾਂ ਦੀ ਤਾਨਾਸ਼ਈ ਕਰਦੀਆਂ ਨੇ ਕਿਸੇ ਵਕਤ ਜਿਹੜੇ ਅੰਗਰੇਜ਼ ਹੁੰਦੇ ਸੀ ਬ੍ਰਿਟਿਸ਼ੀਅਨਸ ਹੁੰਦੇ ਸੀ ਜਦੋਂ 1947 ਤੋਂ ਪਹਿਲਾਂ ਭਾਰਤ ਦੇ ਵਿੱਚ ਹੁੰਦੇ ਸੀ ਉਸ ਵਕਤ ਕਾਲੇ ਕੱਪੜੇ ਪਾਉਣੇ ਕਾਲੇ ਝੰਡੇ ਲੈ ਕੇ ਆਉਣੇ ਉਹਨਾਂ ਨੂੰ ਤਾਂ ਡਰ ਲੱਗਦਾ ਸੀ ਪਰ ਜਿਹੜੀ ਇਹਨਾਂ ਨੇ ਆਜ਼ਾਦੀ ਲਈ ਹੈ ਭਾਰਤ ਦੇ ਲੋਕਾਂ ਨੇ ਲੜ ਕੇ ਆਜ਼ਾਦੀ ਲਈ ਹੈ ਉਸੇ ਵਿੱਚ ਵੀ ਜਿਹੜੀਆਂ ਸਰਕਾਰਾਂ ਚੁਣੀਆਂ ਹੋਈਆਂ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਡਰਨ ਲੱਗ ਜਾਣ ਤੇ ਫੇਰ ਹਾਲਾਤ ਕਿੰਨੇ ਗੰਭੀਰ ਨੇ ਇਹਨਾਂ ਚੀਜ਼ਾਂ ਨੂੰ ਆਪਾਂ ਬਿਹਤਰ ਸਮਝ ਸਕਦੇ ਹੁ ਪੁਲੱਥ ਦੇ ਵਿੱਚ ਪੁਲੱਥ ਉਹ ਇਲਾਕਾ ਜਿੱਥੇ ਸੁਖਪਾਲ ਸਿੰਘ ਖਹਿਰਾ ਐਮਐਲਏ ਆ ਤੇ ਉਹਦੇ ਨਾਲ ਹੀ ਇੱਕ ਛੋਟਾ ਜਿਹਾ ਕਸਬਾ ਨਡਾਲਾ ਨਡਾਲੇ ਦੇ ਵਿੱਚ ਇੱਕ ਰਿਜ਼ੋਰਟ ਆ ਉੱਥੇ ਇੱਕ ਪ੍ਰੈਸ ਮੀਟਿੰਗ ਰੱਖੀ ਗਈ ਸੀ ਜਾਂ ਵਰਕਰਸ ਦੀ ਮੀਟਿੰਗ ਰੱਖੀ ਗਈ ਸੀ ਪ੍ਰੈਸ ਨੂੰ ਉੱਥੇ ਬੁਲਾਇਆ ਗਿਆ ਸੀ ਪਰ ਜਿਹੜੇ ਵੀ ਪ੍ਰੈਸ ਵਾਲੇ ਨੇ ਇਹ ਪੱਤਰਕਾਰ ਨੇ ਕਾਲੀ ਪੱਗ ਬੰਨੀ ਸੀ ਜਾਂ ਕਾਲੇ ਕੱਪੜੇ ਪਾਏ ਸੀ ਵੈਸੇ ਤਾਂ ਗਰਮੀ ਬਹੁਤ ਪੈ ਰਹੀ ਆ ਕਾਲੇ ਕੱਪੜੇ ਪਾਉਣ ਤੋਂ ਹਰ ਕੋਈ ਗਰੇਜ਼ ਕਰਦਾ ਪਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਜਾਨ ਨਹੀਂ ਦਿੱਤਾ ਇਸ ਕਰਕੇ ਉੱਥੇ ਪੱਤਰਕਾਰਾਂ ਨੇ ਰੋਸ ਮਜ਼ਾਰਾ ਵੀ ਕੀਤਾ ਉਹਨਾਂ ਨੇ ਆਪਣਾ ਰੋਸ ਦਰਜ ਵੀ ਕਰਵਾਇਆ ਪਰ ਇਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਤੁਸੀਂ ਹਰ ਕਿਤੇ ਦੇਖ ਸਕਦੇ ਹੋ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਤੁਸੀਂ ਦੇਖੋ ਸ਼ਾਂਤ ਮਈ ਢੰਗ ਦੇ ਨਾਲ ਪ੍ਰੋਟੈਸਟ ਕਰਨਾ ਹਰ ਕਿਸੇ ਦਾ ਹੱਕ ਆ ਪਰ ਫੇਰ ਵੀ ਫੜੋਫੜਾਈ ਹੁੰਦੀ ਹੈ ਕਿਸਾਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਉਹਨਾਂ ਦੇ ਘਰਾਂ ਤੋਂ ਉਹਨਾਂ ਨੂੰ ਚੱਕ ਲਿਆ ਜਾਂਦਾ ਪਰ ਇਸ ਤਰ੍ਹਾਂ ਦੀ ਜਿਹੜੀ ਤਾਮਰਸ਼ਾਈ ਹੈ ਤੁਸੀਂ ਹਰ ਸਰਕਾਰ ਦੇ ਵਿੱਚ ਦੇਖ ਸਕਦੇ ਜੀਵਾਸੂ ਜੀ ਮਨਪ੍ਰੀਤ ਜੀ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਜ਼ਰ ਨਹੀਂ ਆਏ ਉਸੇ ਤਰ੍ਹਾਂ ਹੋਰ ਵੀ ਕਈ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਸਾਰੇ ਸੀਨੀਅਰ ਆਗੂ ਇਸ ਚੋਣ ਪ੍ਰਚਾਰ ਦੌਰਾਨ ਨਦਾਰਤ ਨੇ ਨਜ਼ਰ ਨਹੀਂ ਆ ਰਹੇ ਕਿਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਮਨਪ੍ਰੀਤ ਸਿੰਘ ਬਾਦਲ ਉਹ ਵੀ ਅੱਜਕੱਲ ਇਹਨਾਂ ਦੇ ਸਾਥੀ ਆ ਕਿਉਂਕਿ ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਉਹ ਵੀ ਇਸ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਮੁੱਢ ਜੁਆਇਨ ਕਰ ਲਿਆ ਸੀ ਉਹ ਗੁੱਸੇ ਵਿੱਚ ਬੈਠੇ ਆ ਕਿ ਸਾਨੂੰ ਟਿਕਟ ਨਹੀਂ ਮਿਲੀ ਉਹ ਵੀ ਨਜ਼ਰ ਨਹੀਂ ਕਿਤੇ ਆ ਰਹੇ ਐਸੇ ਤਰ੍ਹਾਂ ਬਹੁਤ ਸਾਰੇ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਸ਼ਮਸ਼ੇਰ ਸਿੰਘ ਦੁੱਲੋ ਸਥਾਪਕਾ ਕਾਂਗਰਸ ਦੇ ਪ੍ਰਧਾਨ ਨਹੀਂ ਉਹ ਕਿਤੇ ਨਜ਼ਰ ਨਹੀਂ ਆ ਰਹੇ ਸਾਰਿਆਂ ਦਾ ਕੋਈ ਨਾ ਕੋਈ ਮੁੱਦਾ ਈਵਨ ਕਿ ਦੇਖੋ ਨਵਜੋਤ ਸਿੰਘ ਸਿੱਧੂ ਤੁਸੀਂ ਯਾਦ ਕਰੋ ਵਾਸੂ ਜੀ ਹਜੇ ਚੋਣਾ ਡਿਕਲੇਅਰ ਨਹੀਂ ਸੀ ਹੋਈਆਂ ਅਨਾਉਂਸ ਨਹੀਂ ਸੀ ਹੋਈਆਂ ਤੇ ਇਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਕਈ ਰੈਲੀਆਂ ਕੀਤੀਆਂ ਸੀ ਉਸ ਤੋਂ ਬਾਅਦ ਪਾਰਟੀ ਨੇ ਇਹਨਾਂ ਨੂੰ ਨੋਟਿਸ ਵੀ ਕੀਤਾ ਸੀ ਕਿ ਤੁਸੀਂ ਰੈਲੀਆਂ ਕਰੀ ਜਾ ਰਹੇ ਹੋ ਬਾਅਦ ਵਿੱਚ ਉਹ ਚੁੱਪ ਕਰ ਗਏ ਕਿ ਚਲੋ ਕਾਂਗਰਸ ਦਾ ਕੰਮ ਕਰ ਰਹੇ ਆ ਪਰ ਜਿਸ ਤਰ੍ਹਾਂ ਹੀ ਚੋਣਾ ਡਿਕਲੇਅਰ ਹੁੰਦੀਆਂ ਨੇ ਅਨਾਉਂਸ ਹੁੰਦੀਆਂ ਨੇ ਇਹ ਚੁੱਪ ਕਰ ਜਾਂਦੇ ਕੀ ਫਿਰ ਇਹਨਾਂ ਦਾ ਅਜੰਡਾ ਸੀ ਫੇਰੇ ਕਹਿੰਦੇ ਮੈਂ ਕਮੈਂਟਰੀ ਕਰਨੀ ਆ ਬਲਵੰਤ ਸਿੰਘ ਰਾਮੂ ਵਾਲੀਆ ਇੱਕ ਹੋਰ ਇਸ ਤਰ੍ਹਾਂ ਦੇ ਨੇਤਾ ਨੇ ਜਿਹੜੇ ਅਕਸਰ ਬਹੁਤ ਐਕਟਿਵ ਰਹਿੰਦੇ ਨੇ ਇਹ ਵੀ ਅੱਜਕੱਲ ਬਿਲਕੁਲ ਚੁੱਪ ਬੈਠੇ ਨੇ ਰਾਗਵ ਚੱਡਾ ਆਮ ਆਦਮੀ ਪਾਰਟੀ ਦੇ ਉਹ ਵਾਪਸ ਤਾਂ ਆ ਗਏ ਆ ਯੂਕੇ ਤੋਂ ਲੇਕਿਨ ਰੈਲੀਆਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਸੰਬੋਧਨ ਕਰਨਾ ਹੁੰਦਾ ਜਾਂ ਜਿਸ ਤਰ੍ਹਾਂ ਦੀ ਪਾਰਟੀ ਨੂੰ ਅੱਜਕੱਲ ਲੋੜ ਆ ਉਹਨਾਂ ਦੇ ਪ੍ਰਚਾਰ ਦੀ ਉਹ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਖੈਰ ਉਹਨਾਂ ਦੇ ਬਾਕੀ ਰਾਜ ਸਭਾ ਦੇ ਮੈਂਬਰ ਪੰਜਾਬ ਤੇ ਉਹ ਤਾਂ ਬਿਲਕੁਲ ਚੁੱਪ ਹੀ ਬੈਠੇ ਆ ਸੋ ਤਮਾਮ ਤਰ੍ਹਾਂ ਦੇ ਇਹ ਲੀਡਰਸ ਨੇ ਸ਼ੱਕ ਸ਼ੂਪੇ ਪੈਦਾ ਹੁੰਦੇ ਆ ਕਿ ਜਦੋਂ ਤਾਂ ਇਹਨਾਂ ਨੂੰ ਸੱਤਾ ਮਿਲਦੀ ਆ ਫੇਰ ਤਾਂ ਇਹ ਬਹੁਤ ਐਕਟਿਵ ਹੋ ਜਾਂਦੇ ਪਰ ਜਦੋਂ ਇਹਨਾਂ ਨੂੰ ਲੱਗਦਾ ਕਿ ਸੱਤਾ ਆ ਨਹੀਂ ਰਹੀ ਫੇਰ ਇਹ ਚੁੱਪ ਕਰਕੇ ਬੈਠ ਜਾਂਦੇ ਆ ਸੋ ਇਹਨਾਂ ਨੂੰ ਸਭ ਤੋਂ ਪਹਿਲਾਂ ਮੌਸਮ ਦੇ ਹਾਲ ਦਾ ਪਤਾ ਲੱਗ ਜਾਂਦਾ ਕਿ ਚੋਣਾ ਦੇ ਮੌਸਮ ਦਾ ਹਾਲ ਕੀ ਆ ਜੀਵਾ ਸੂਜੀ ਤੇ ਮਨਪ੍ਰੀਤ ਜੀ ਸਵਾਤੀ ਮਾਲੀਵਾਲ ਨੇ ਵੀ ਸਪਸ਼ਟ ਕੀਤਾ ਕਿ ਉਹ ਰਾਜ ਸਭਾ ਦੀ ਮੈਂਬਰਸ਼ਿਪ ਨਹੀਂ ਛੱਡਣਗੇ ਦੇਖੋ ਸਵਾਤੀ ਮਾਲੀਵਾਲ ਵਾਲਾ ਉਹ ਇਸ਼ੂ ਆ ਜਿਹੜਾ ਅਰਵਿੰਦ ਕੇਜਰੀਵਾਲ ਦੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਗਲੇ ਦੀ ਹੱਡੀ ਬਣ ਸਕਦਾ ਬਹੁਤ ਨਮੋਸ਼ੀ ਲੈ ਕੇ ਆ ਸਕਦਾ ਕਿਉਂਕਿ ਇਹਦੇ ਵਿੱਚ ਉਹ ਔਰਤ ਇਨਵੋਲ ਹੈ ਜਿਹੜੀ ਖੁਦ ਔਰਤਨ ਕਮਿਸ਼ਨ ਦੀ ਚੇਅਰਪਰਸਨ ਰਹੀ ਆ ਜਿਹਨੂੰ ਕਿਸੇ ਵਕਤ ਇਹਨਾਂ ਦੀ ਪਾਰਟੀ ਸ਼ੇਰਨੀ ਕਹਿੰਦੀ ਸੀ ਔਰ ਕਹਿੰਦੀ ਸੀ ਕਿ ਹਰ ਮਸਲੇ ਨੂੰ ਬਹੁਤ ਗਹਿਰਾਈ ਦੇ ਨਾਲ ਲੈ ਕੇ ਜਾਂਦੇ ਨੇ ਅਗਾਹ ਲੈ ਕੇ ਜਾਂਦੇ ਨੇ ਔਰ ਇਨਸਾਫ ਤੋਂ ਪਾਉਣ ਦੀ ਕੋਸ਼ਿਸ਼ ਕਰਦੇ ਆ ਉਸੇ ਸੁਆਤੀ ਮਾਲ ਮਾਲੀਵਾਲ ਨੂੰ 13 ਮਈ ਨੂੰ ਅਰਵਿੰਦ ਕੇਜਰੀਵਾਲ ਦੇ ਡਰਾਇੰਗ ਰੂਮ ਦੇ ਵਿੱਚ ਇੱਕ ਕੁੱਟ ਦਿੱਤਾ ਜਾਂਦਾ ਐਫ ਆਈ ਆਰ ਦਰਜ ਹੋ ਗਈ ਆ ਹੁਣ ਸੁਆਤੀ ਮਾਲੀਵਾਲ ਨੇ ਇੱਕ ਇੰਟਰਵਿਊ ਦਿੱਤਾ ਉਹਦੇ ਵਿੱਚ ਕਈ ਖੁਲਾਸੇ ਕੀਤੇ ਕਹਿੰਦੇ ਦਰਸਲ ਮੈਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਈ ਸੀ ਮੈਂ ਪਹਿਲਾਂ ਅਮਰੀਕਾ ਚੱਈ ਹੋਈ ਸੀ ਮੇਰੇ ਕਿਸੇ ਰਿਸ਼ਤੇਦਾਰ ਦਾ ਇਲਾਜ ਚੱਲ ਰਿਹਾ ਸੀ ਜਿਸ ਤਰ੍ਹਾਂ ਰਗਬ ਚੜਾ ਚੁੱਪ ਬੈਠੇ ਸੀ ਇਹ ਵੀ ਉਹ ਤਾਂ ਚੁੱਪ ਸੀ ਕਿਉਂਕਿ ਅਮਰੀਕਾ ਦੇ ਵਿੱਚ ਸੀ ਜਦੋਂ ਮੈਂ ਪਹੁੰਚਦੀ ਆ ਤੇ ਮੈਂ ਪੁੱਛਦੀ ਆ ਕਿ ਮੈਂ ਅਰਵਿੰਦ ਕੇਜਰੀਵਾਲ ਨੂੰ ਮਿਲਣਾ ਤੇ ਉੱਥੇ ਵਿਵਕਪੁਰ ਪਹੁੰਚ ਜਾਂਦੇ ਉਹ ਆ ਕੇ ਜਦੋਂ ਇਹਨਾਂ ਨੂੰ ਪੁੱਛਦੇ ਨੇ ਕਿ ਤੂੰ ਕੀ ਕਰਨ ਆਈ ਆ ਫਿਰ ਆਪਸ ਦੇ ਵਿੱਚ ਥੋੜੀ ਬਤੀ ਬਹਿਸ ਹੋਣ ਤੋਂ ਪਹਿਲਾਂ ਹੀ ਉਹ ਇਹਨਾਂ ਦੇ ਥੱਪੜ ਮਾਰਨੇ ਸ਼ੁਰੂ ਕਰਦੇ ਆ ਸਵਾਤੀ ਮਾਲੀਵਾਲ ਕਹਿੰਦੀ ਮੇਰੇ 7-8 ਥੱਪੜ ਮਾਰੇ ਉਸ ਤੋਂ ਬਾਅਦ ਮੈਂ ਗ ਔਰ ਉਸ ਤੋਂ ਬਾਅਦ ਮੈਨੂੰ ਘੜੀਸਿਆ ਗਿਆ ਮੇਰਾ ਸਿਰ ਉੱਥੇ ਸੈਂਟਰਲ ਟੇਬਲ ਪਿਆ ਸੀ ਉਹਦੇ ਤੇ ਵੱਜਿਆ ਤਮਾਮ ਤਰ੍ਹਾਂ ਦੀਆਂ ਗੱਲਾਂ ਇਹਦਾ ਬਾਅਦ ਦੇ ਵਿੱਚ ਮੈਡੀਕਲ ਜਾਂ ਮੁਆਇਨਾ ਵੀ ਹੋਇਆ ਔਰ ਉਹਦੇ ਵਿੱਚ ਵੀ ਸੱਟਾਂ ਦੇ ਨਿਸ਼ਾਨ ਆਏ ਨੇ ਇਹ ਸਾਰਾ ਕੁਝ ਅਰਵਿੰਦ ਕੇਜਰੀਵਾਲ ਦੀ ਨੌਲੇਜ ਦੇ ਵਿੱਚ ਆ ਤੇ ਇੱਕ ਹੋਰ ਬੜਾ ਸਨਸਨੀਖੇਜ਼ ਖੁਲਾਸਾ ਕੀਤਾ ਕਹਿੰਦੇ ਰਾਜ ਸਭਾ ਦੀ ਲੱਗਦਾ ਇਹਨਾਂ ਨੂੰ ਸੀਟ ਇਹ ਚਾਹੁੰਦੇ ਆ ਮੇਰੇ ਤੋਂ ਅਸਤੀਫਾ ਲੈਣਾ ਚਾਹੁੰਦੇ ਆ ਮੈਨੂੰ ਪਿਆਰ ਨਾਲ ਦੱਸ ਦੇ ਤੇ ਅਸਤੀਫਾ ਲੈ ਲੈਂਦੇ ਮੈਂ ਤਾਂ ਇਸ ਪਾਰਟੀ ਦੇ ਨਾਲ ਜਾਂ ਇਸ ਕੁਲਬੇ ਦੇ ਨਾਲ ਸਨ 2006 ਤੋਂ ਜੁੜੀ ਹੋਈ ਆ ਜਦੋਂ ਹਾਲਾਂਕਿ ਆਮ ਆਦਮੀ ਪਾਰਟੀ ਬਣੀ ਵੀ ਨਹੀਂ ਸੀ ਸੰ 2012 ਦੇ ਵਿੱਚ ਬਣੀ ਆ ਤੇ ਫਿਰ ਇਹਨਾਂ ਦਾ ਅਚਾਨਕ ਮੇਰੇ ਪ੍ਰਤੀ ਰਵੱਈਆ ਇਸ ਤਰ੍ਹਾਂ ਦਾ ਕਿਉਂ ਹੋ ਜਾਂਦਾ ਪਿਆਰ ਨਾ ਮੈਨੂੰ ਕਹਿੰਦੇ ਮੈਂ ਦੇ ਦੇ ਦਿੰਦੀ ਰਿਜ਼ਾਈਨ ਪਰ ਹੁਣ ਮੈਂ ਰਿਜ਼ਾਈਨ ਨਹੀਂ ਕਰੂੰਗੀ ਮੈਨੂੰ ਪਤਾ ਲੱਗ ਗਿਆ ਕਿ ਇਹ ਲੋਕ ਮੇਰੇ ਖਿਲਾਫ ਗੈਂਗ ਅਪ ਹੋ ਗਏ ਜੀਵਾ ਸੁਝ ਮਨਪ੍ਰੀਤ ਜੀ ਇਹਨਾਂ ਸਾਰੀਆਂ ਖਬਰਾਂ ਲਈ ਇਸ ਅਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਹੈਵ ਅ ਵੈਰੀ ਨਾਈਸ ਵੀਕਐਂਡ ਆਪਣੀ ਗੱਲਬਾਤ ਹੁਣ ਸੋਮਵਾਰ ਨੂੰ ਹੋਏਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ Vasuji, and you too have a nice weekend, ji. Mirbaniji.